ਆਰੇ ਦਰਸ਼ਕੋ ਨਿੱਕ ਜਿਆਨੂ ਮੈਂ ਹਮਲਕਾਰ ਸਿੰਘ ਤੇ ਵਿਰਾਸਤੀ ਪੜਾਂ ਚ ਅਸੀਂ ਤੁਹਾਨੂੰ ਪਤਾ ਹੈ ਕਿ ਉਹ ਵਿਛਲੇ ਨੇ ਜਿਹੜੇ ਬਿਲਕੁਲ ਪੰਜਾਬ ਦੀ ਤਰਾਤਰ ਨਾਲ ਜੁੜੇ ਹੁੰਦੇ ਆ ਤੇ ਅੱਜ ਅਸੀਂ ਬੁੰਜਾਰਾ ਕੌਮਿਕ ਹੈ ਉਹਦੇ ਨਾਲ ਉਹਨਾਂ ਦੀ ਜ਼ਿੰਦਗੀ ਕੀ ਹੈ ਔਰ ਪੰਜਾਬ ਦੇ ਪਿੰਡਾਂ ਪੰਜਾਬ ਦੀਆਂ ਗਲੀਆਂ ਚ ਉਹ ਕਿਸ ਤਰ੍ਹਾਂ ਫੇਰੀ ਲਾਉਂਦੇ ਸੀ ਤੇ ਕਿਸ ਤਰ੍ਹਾਂ ਚੂੜੀਆਂ ਵੇਚਦੇ ਸੀ ਉਹਨਾਂ ਤੇ ਜੀਵਨ ਤੇ ਇੱਕ ਚਾਤ ਪਾਉਨੇ ਆ ਤੇ ਉਹ ਹੈ ਕਿ ਜਿਸ ਤਰ੍ਹਾਂ ਇਹ ਸਾਡੇ ਸਾਰੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਵੰਜਾਰਾ ਕੌਮ ਜਿਹੜੀ ਹੈਗੀ ਹੈ ਇਹ ਰਾਜਸਥਾਨ ਨਾਲ ਸੰਬੰਧਤ ਹੈ ਔਰ ਇਹ ਰਾਜਸਥਾਨ ਦੇ ਵਾਕੀ ਪਿੰਡਾਂ ਵਿੱਚ ਰਹਿੰਦੇ ਸੀ ਔਰ ਪਿੰਡਾਂ ਦੇ ਵਿੱਚ ਰਹਿ ਕੇ ਚੂੜੀਆਂ ਬਣਾਉਂਦੇ ਸੀ ਕੱਚ ਦੀਆਂ ਪਲਾਸਟਿਕ ਦੀਆਂ ਔਰ ਕਈ ਤਰ੍ਹਾਂ ਦੀਆਂ ਦੈਟ ਵੇਰ ਉਹਨਾਂ ਦਾ ਇਹ ਸੀਗਾ ਕਿ ਇਹ ਵੰਡਰਿੰਗ ਟ్రਾਈਬ ਲੋਕ ਸੀਗੇ ਜਿਹੜੇ ਚੱਲਦੇ ਫਿਰਦੇ ਪੱਕੀ ਵਾਸ ਕਬੀਲਾ ਵੀ ਉਹਨਾਂ ਕਹਿੰਦੇ ਆ ਔਰ ਇਹ ਖਾਸ ਕਰਕੇ ਪਰਲੇ ਸੂਬੇ ਵਿੱਚ ਵੀ ਵਸੇ ਆ ਔਰ ਇਹਨਾਂ ਦਾ ਜਿਹੜਾ ਅ ओरिजिनल ਹੋਮ ਜਿਹੜਾ ਨਾ ਦਾ ਵੱਡਾ ਜੱਦੀ ਘਰ ਉਹ ਰਾਜਸਥਾਨ ਔਰ ਰਾਜਸਥਾਨ ਦੇ ਵਿੱਚੋਂ ਨਿਕਲ ਕੇ ਪੰਜਾਬ ਦੇ ਪਿੰਡਾਂ ਵਿੱਚ ਆਉਂਦੇ ਰਹੇ ਔਰ ਪੰਜਾਬ ਦੇ ਪਿੰਡਾਂ ਵਿੱਚ ਜਦੋਂ ਇਹਨਾਂ ਨੇ ਆ ਕੇ ਗਲੀਆਂ 'ਚ ਆਪਣਾ ਹੋਕਾ ਦਿੰਦੇ ਸੀਗੇ ਇੱਕ ਸੋਟੀ ਤੇ ਹੀ ਇਹਨਾਂ ਨੇ ਚੂੜੀਆਂ ਨੂੰ ਨਾਲ ਲਾ ਲੈਂਦੇ ਸੀ ਸਕੰਜਾ ਬਣ ਜਾਂਦਾ ਸੀ ਚੂੜੀਆਂ ਚ ਪਾ ਕੇ ਤੇ ਹੋਕਾ ਦਿੰਦੇ ਸੀਗੇ ਔਰ ਹੋਕੇ ਨਾਲ ਸਾਰੀਆਂ ਕੁੜੀਆਂ ਬਾਹਰ ਆ ਜਾਂਦੀਆਂ ਸੀ ਕਿਉਂਕਿ ਉਦੋਂ ਦੁਕਾਨਾਂ 'ਤੇ ਚੂੜੀਆਂ ਮਿਲਦੀਆਂ ਬਹੁਤ ਔਖਾ ਸੀਗਾ ਦੁਕਾਨਾਂ ਤੇ ਨਹੀਂ ਸੀ ਹੁੰਦੀਆਂ ਆਪਣੇ ਹਾਰ ਸ਼ਿੰਗਾਰ ਲਈ ਆਪਣੇ ਵੇੜੀ ਨੂੰ ਆਪਣੇ ਗੁੱਟਾਂ ਨੂੰ ਸਜਾਉਣ ਲਈ ਕੁੜੀਆਂ ਰੰਗ ਬਰੰਗੀਆਂ ਚੂੜੀਆਂ ਪਾਉਂਦੀਆਂ ਸੀ ਆਪਣੇ ਸੂਟਾਂ ਨਾਲ ਮੈਚ ਕਰਦੀਆਂ ਚੂੜੀਆਂ ਪਾਉਂਦੀਆਂ ਸੀਗੀਆਂ ਔਰ ਕਈ ਵਾਰੀ ਜਿਹੜੀ ਕੁਵਾਰੀ ਕੁੜੀਆਂ ਨੂੰ ਕਈ ਵਾਰੀ ਵਰਜਤ ਵੀ ਸੀਗਾ ਵੀ ਨਹੀਂ ਸੀ ਪਾਉਣ ਦਿੰਦੇ ਵਿਆਹ ਤੋਂ ਬਾਅਦ ਹੀ ਪਾਉਣ ਦਿੰਦੇ ਸੀਗੇ ਔਰ ਉਹ ਪੰਜਾਬ ਦੇ ਦਿਨਾਂ ਦੀ ਗੱਲ ਹੈ ਕਿ ਜਦੋਂ ਬਨਜਾਰਾ ਆਪਣੇ ਆਪਣੇ ਜਾ ਕੇ ਉਹ ਜਾ ਕੇ ਆਪਣਾ ਹੋਕਾ ਦਿੰਦਾ ਸੀਗਾ ਤੇ ਉਹ ਹੋਕੇ ਦੇ ਵਿੱਚ ਹੀ ਕੁੜੀਆਂ ਇਕੱਠੇ ਹੋ ਜਾਂਦੀਆਂ ਸੀਗਾ ਜਿਹਦੇ ਵਿੱਚ ਉਹਦੇ ਨਣਾਨਾਂ ਆ ਜਾਂਦੇ ਸੀ ਸੱਸ ਵੀ ਆ ਜਾਂਦੀ ਸੀ ਉਹਦੀ ਉੱਪਰ ਜਾਈਆਂ ਵੀ ਆ ਜਾਂਦੀ ਸੀ ਨਾਲ ਤਾਇਆ ਚਾਚੀ ਵੀ ਆਉਂਦੀ ਸੀ ਸਾਰੀਆਂ ਇਕੱਠੇ ਹੋ ਕੇ ਉਹਨਾਂ ਨੂੰ ਜਿਹੜਾ ਉਹ ਜਮ ਇਕੱਠੇ ਦੇ ਵਿੱਚ ਇੱਕ ਚੁਰਮਟ ਬਣ ਜਾਂਦਾ ਸੀਗਾ ਉਹ ਚੂੜੀਆਂ ਚੜਾਉਂਦਾ ਸੀਗਾ ਪਰ ਕਈ ਵਾਰੀ ਜਈ ਕਈਆਂ ਦੇ ਨਾਪ ਨਹੀਂ ਚੂੜੀਆਂ ਨਹੀਂ ਸਿਉਂਦੀਆਂ ਪਰ ਉਹ ਨਾਪ ਲੈ ਦਿੰਦਾ ਸੀਗਾ ਨਾਪ ਲੈ ਕੇ ਫਿਰ ਆ ਕਹਿੰਦਾ ਸੀ ਮੈਂ ਅਗਲੇ ਦਿਨ ਤੁਹਾਨੂੰ ਚੌਥੇ ਦਿਨ ਆ ਕੇ ਤੁਹਾਨੂੰ ਚੂੜੀਆਂ ਚੜਾ ਦੂੰਗਾ ਔਰ ਉਹ ਚੂੜੀਆਂ ਜਿਹੜੀਆਂ ਸੀਆਂ ਉਹ ਹਾਰ ਸ਼ਿੰਗਾਰ ਲਈ ਬਹੁਤ ਹੀ ਕੁੜੀਆਂ ਜਿਹੜੀਆਂ ਪਾਉਂਦੀਆਂ ਸੀਗੀਆਂ ਔਰ ਕਈ ਵਾਰੀ ਵੀ ਚੂੜੀਆਂ ਤੋੜ ਕੇ ਪਿਆਰ ਵੀ ਕਾ ਵਿਅਕਤੀ ਸੀ ਵੀ ਮੇਰਾ ਘਰ ਵਾਲਾ ਮੈਨੂੰ ਕਿੰਨਾ ਪਿਆਰ ਕਰਦਾ ਚੂੜੀਆਂ ਤੋੜਦੀਆਂ ਸੀਗੀਆਂ ਔਰ ਉਸ ਤੋਂ ਵੀ ਪਤਾ ਲੱਗਦਾ ਸੀਗਾ ਔਰ ਕਈ ਜੜੀਆਂ ਦਾ ਘਰ ਦੇ ਪਤੀ ਮਰ ਜਾਂਦੇ ਸੀਗੇ ਉਹ ਚੂੜੀਆਂ ਤੋੜ ਦਿੰਦੀਆਂ ਸੀਗਾ ਇਹ ਸੁਹਾਗਣ ਭਾਗਣ ਕੁੜੀਆਂ ਦੇ ਲਈ ਸੀਗਾ ਔਰ ਵਿਆਹ ਤੋਂ ਬਾਅਦ ਜ਼ਰੂਰੀ ਹੁੰਦਾ ਸੀਗਾ ਜਿਹੜੀ ਸੱਜ ਵਿਆਹੀ ਕੁੜੀ ਸੀ ਉਹਦੇ ਉਹ ਜੜੀ ਚੂੜੀਆਂ ਪਾ ਕੇ ਜਾਂਦੀ ਸੀ ਔਰ ਨਵੇਂ ਸੂਟ ਤੇ ਨਾਲ ਮੈਚਿੰਗ ਜਿਹੜੀਆਂ ਚੂੜੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਵੰਗਾ ਵੀ ਕਿਹਾ ਜਾਂਦਾ ਅਸਲ ਚ ਵਣਜਾਰਾ ਜਿਹੜਾ ਵੰਗਾ ਵੇਚਣ ਵਾਲਾ ਦੋ ਸ਼ਬਦਾਂ ਤੋਂ ਬਣਿਆ ਜਿਹੜਾ ਵਣਜ ਕਸਬਾ ਔਰ ਕਾਰਾ ਕਾਰਾ ਮਤਲਬ ਵਾਲਾ ਵਣਜਾਰਾ ਹੋ ਗਿਆ ਚੂੜੀਆਂ ਵਾਲਾ ਜਿਹੜਾ ਚੂੜੀਆਂ ਦਾ ਹੁਕਮ ਦਿੰਦਾ ਸੀ ਚੂੜੀਆਂ ਵੇਚਦਾ ਸੀਗਾ ਇਹ ਦੋ ਸ਼ਬਦਾਂ ਤੋਂ ਬਣਿਆ ਔਰ ਫਾਰਸੀ ਦੇ ਔਰ ਸੰਸਕ੍ਰਿਤ ਦੇ ਜਿਹੜੇ ਸ਼ਬਦ ਨੇ ਉਹਨਾਂ ਤੋਂ ਹੀ ਹੈ ਔਰ ਇਹ ਵਣਜਾਰਾ ਲਫ਼ਜ਼ ਜਿਹੜਾ ਹੈ ਪੰਜਾਬ ਦੇ ਬੜਾ ਮਕਬੂਲ ਹੋਇਆ ਔਰ ਇਹਦੇ ਕਈ ਗਾਣੇ ਵੀ ਬਣੇ ਔਰ ਉਹਦੇ ਵਿੱਚ ਆ ਗਿਆ ਵਣਜਾਰਾ ਨੇ ਝੜਾਲਾ ਭਾਬੀ ਚੂੜੀਆਂ ਗੁੱਸਾ ਡਾਡਾ ਪਾਰਾ ਦਿਉਰਾਵੇ ਤੇਰੇ ਵੀਰ ਦਾ ਇਸ ਸਟ੍ਰੈਟੇਜੀ ਸੇ ਦੇਵ ਤ੍ਰਿਕਿਆਂ ਵਾਲੇ ਨੇ ਲਿਖਿਆ ਸੀਗਾ ਔਰ ਉਸ ਤਰ੍ਹਾਂ ਹੋਰ ਵੀ ਜਿਹੜੇ ਕੁੜੀਆਂ ਦੇ ਹੈਗੇ ਆ ਗੀਤ ਆ ਉਹ ਸਾਰੇ ਹੀ ਪੰਜਾਬ ਵਿੱਚ ਚੱਲਦੇ ਰਹੇ ਔਰ ਚੱਲਣ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਅੱਜ ਵੀ ਉਹ ਇਹ ਗੂੰਜਦੇ ਆ ਸਾਰੇ ਜਿਹੜੇ ਜਿਤਨਾ ਇੱਕ ਲੋਕ ਗੀਤ ਹੈਗਾ ਗਲੀ ਗਲੀ ਬਨਜਾਰਾ ਫਿਰਦਾ ਹਾਕ ਮਾਰ ਲਿਆ ਨਹੀਂ ਬੁਲਾ ਹਾਂ ਭਲਾ ਜੀ ਮੈਨੂੰ ਤੇਰੀ ਸੋਂ ਹਾਕ ਮਾਰ ਲਿਆ ਨਹੀਂ ਬੁਲਾ ਸੱਸ ਨੂੰ ਨਾ ਪੁੱਛਿਆ ਨਣਾ ਨੂੰ ਨਾ ਪੁੱਛਿਆ ਵੰਗਾ ਤਾਂ ਲਈਆਂ ਮੈਂ ਛੜਾ ਬਾਹਰੋਂ ਤੋਂ ਆਇਆ ਹੱਸਦਾ ਤੇ ਖੇਡਦਾ ਭਾਬੀਆਂ ਨੇ ਦਿੱਤਾ ਹੀ ਸਿਖਾ ਚੁੱਕ ਕੇ ਪ੍ਰੈਣੀ ਉਨੇ ਵੰਗਾ ਉਤੇ ਮਾਰੀ ਵੰਗਾ ਤਾਂ ਕੀਤੀਆਂ ਫਨਾ ਚੁਗ ਚੁਗ ਟੋਟੇ ਮੈਂ ਝੋਲੀ ਵਿੱਚ ਪਾਏ ਏਕਿਆਂ ਦਾ ਪੁੱਛ ਦੀਆਂ ਰਾਹ ਚੁੱਕ ਕੇ ਥਾਲੀ ਭਾਬੀ ਕੋਲ ਜਾਂਦੀ ਕਹਿੰਦਾ ਰੋਟੀਆਂ ਤਾਂ ਦੇਵੀ ਨਹੀਂ ਪਕਾ ਭਾਬੋ ਦੀਆਂ ਪੱਕੀਆਂ ਬਥੇਰਾ ਚਿਰ ਖਾਦੀਆਂ ਵੋਟੀ ਦੀਆਂ ਪੱਕੀਆਂ ਤੂੰ ਖਾ ਪੀੜ ਕੇ ਕੋੜਾ ਬੀੜ ਕੇ ਕੋੜਾ ਵੋਟੀ ਕੋਲ ਜਾਂਦਾ ਚੱਲ ਪੰਜ ਦੀਆਂ ਚੂੜੀਆਂ ਚੜਾ ਪੰਜਾਂ ਦੀਆਂ ਚੂੜੀਆਂ ਚੜਾ ਪੰਜ ਨਹੀਂ ਲੈਣੇ 50 ਨਹੀਂ ਲੈਣੇ ਜਾ ਪਾ ਬੋਦੀਆਂ ਪੱਕੀਆਂ ਤੋ ਖਾ ਗਲੀ ਗਲੀ ਬਣ ਜਾਰਾ ਫਿਰਦਾ ਹਾਕ ਲਿਆ ਹਾਕ ਮਾਰ ਲਿਆ ਨੀ ਬਲਾ ਬਲਾ ਜੀ ਮੈਨੂੰ ਤੇਰੀ ਸਾਂ ਹਾਕ ਮਾਰ ਲਿਆ ਨੀ ਬਲਾ ਇਸ ਤਰ੍ਹਾਂ ਦੇ ਗੀਤ ਲੋਕ ਗੀਤ ਵੀ ਪ੍ਰਚਲਿਤ ਰਹਾ ਪੰਜਾਬ ਦੇ ਸਭਿਆਚਾਰ ਵਿੱਚ ਕਿਉਂਕਿ ਇਹ ਜਿਹੜਾ ਵਿਸ਼ਾ ਹੈਗਾ ਬੜਾ ਰੌਚਕ ਔਰ ਬੜਾ ਇੰਟਰਸਟਿੰਗ ਹੈ ਸੀਗਾ ਔਰ ਇਸ ਦਰ ਚਸਪੀ ਨੂੰ ਬਤਾਉਣ ਲਈ ਅਜੇ ਜਿਹੜੇ ਸਾਡੇ ਆਉਣ ਵਾਲੀ ਪੀੜੀ ਆ ਜਾਂ ਜਿਹੜੇ ਨੌਜਵਾਨ ਇਹਨਾਂ ਨੂੰ ਸ਼ਾਇਦ ਇੰਨਾ ਪਤਾ ਨਹੀਂ ਹੋਇਆ ਹੋਏਗਾ ਜਿਹਦੇ ਵਿੱਚ ਜਿਹੜੇ 80 ਨੂੰ ਟੁੱਕੇ ਨੇ ਜਿਹੜੇ 70 ਦੇ ਨੇ ਜਿਹੜੇ 60 ਦੇ ਜਾਂ 50 ਤੋਂ ਅੱਗੇ ਦੇ ਇਹਨਾਂ ਨੂੰ ਪਤਾ ਹੈ ਉਸ ਟਾਈਮ ਦੀ ਗੱਲ ਹੈ ਅੱਜ ਤੋਂ 4 ਦਹਾਕੇ ਪਿੱਛੇ ਚਲ ਜਿਏ ਤੇ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਰੌਣਕ ਹੁੰਦੇ ਸੀਗੇ ਚੂੜੀਆਂ ਲੈ ਕੇ ਆਉਂਦੇ ਸੀਗੇ ਚੂੜੀਆਂ ਵੇਚਦੇ ਸੀਗੇ ਉਦੋਂ ਕੁੜੀਆਂ ਜਿਹੜੀਆਂ ਕਿ ਪੰਜਾਬ ਦੀਆਂ ਉਹ ਗਲੀਆਂ ਵਿੱਚ ਇਕੱਠੇ ਹੋ ਜਾਂਦੀਆਂ ਸੀ ਆਂਡਣਾ ਆਂਡਣਾ ਤੇ ਗਵਾਂਡਣਾ ਵੀ ਇਕੱਠੇ ਹੋ ਜਾਂਦੀ ਸੀ ਸਾਰੀਆਂ ਰਲ ਕੇ ਚੂੜੀਆਂ ਲੈ ਕੇ ਇਹ ਸਾਰਾ ਜਮ ਕਟਾ ਜਿਹੜੀ ਚੂੜੀਆਂ ਪਾ ਕੇ ਫਿਰ ਕਿੱਥੇ ਵਿੱਚ ਚੂੜੀਆਂ ਪਾ ਕੇ ਨੱਚਦੀਆਂ ਸੀਗੀਆਂ ਗਿੱਦਾ ਪਾਉਂਦੀਆਂ ਦੀ ਕੁੜੀਆਂ ਦੀਆਂ ਚੂੜੀਆਂ ਟੁੱਟ ਵੀ ਜਾਂਦੀਆਂ ਸੀ ਖਾਸ ਤੌਰ ਤੇ ਵਿਆਹ ਤੋਂ ਬਾਅਦ ਗਿੱਦਾ ਜਦੋਂ ਪੈਂਦਾ ਸੀਗਾ ਔਰ ਰੰਗ-ਬਰੰਗੇ ਚੂੜੀਆਂ ਪਾ ਕੇ ਹਾਰ ਸ਼ਿੰਗਾਰ ਲਾ ਕੇ ਕੁੜੀਆਂ ਜਦੋਂ ਗਿੱਦੇ ਵਿੱਚ ਹੁੰਦੀਆਂ ਸੀਗੀਆਂ ਪਰ ਕੋਈ ਵੀ ਮੇਲ ਬੰਦਾ ਉਹਨਾਂ ਦੇ ਮਰਦ ਸਾਹਮਣੇ ਨਹੀਂ ਸੀ ਆਉਂਦਾ ਬੂਆ ਬੰਦ ਕਰਕੇ ਜਾਂਜ ਨੂੰ ਤੋੜ ਕੇ ਉਦੋਂ ਬਰਾਤ ਦੇ ਨਾਲ ਸਿਰਫ ਮਾਂ ਜਾਂਦੀ ਸੀ ਜਾਂਜ ਦੇ ਨਾਲ ਜਨਾਨੀਆਂ ਬਹੁਤ ਕੱਢ ਜਾਂਦੀਆਂ ਸੀਗੀਆਂ ਜਾਂ ਚੋਲਣ ਜਾਂਦੀ ਸੀ ਬਾਕੀ ਸਾਰੇ ਘਰ ਵਿੱਚ ਗਿੱਧਾ ਪਾਉਣੀ ਸੀਗੀਆਂ ਔਰ ਚੰਗਾ ਖਾਂਦੀਆਂ ਪੀਂਦੀਆਂ ਸੀਗਾ ਖਾ-ਪੀਣ ਤੋਂ ਬਾਅਦ ਗਿੱਧਾ ਪਾ ਕੇ ਔਰ ਗਿੱਧੇ ਦੇ ਵਿੱਚ ਚੂੜੀਆਂ ਜਦ ਟੁੱਟਦੀਆਂ ਸੀ ਗਿੱਧਾ ਖਤਮ ਹੁੰਦਾ ਸੀਗਾ ਔਰ ਚੂੜੀਆਂ ਚੂੜੀ ਚਾਂਸ ਫੇਰਦੀਆਂ ਸੀ ਗਿੱਧੇ ਦੇ ਨਾਲ ਚੂੜੀਆਂ ਪੁੱਛ ਵੱਜ ਕੇ ਟੁੱਟਦੀਆਂ ਸੀਗੀਆਂ ਹੁਣ ਉਹ ਜ਼ਮਾਨਾ ਇਹਨਾਂ ਨਹੀਂ ਰਿਹਾ ਜੇ ਚੂੜੀਆਂ ਤਾਂ ਹੈਗੀਆਂ ਪਰਵ ਦੇ ਵਿੱਚ ਕਈ ਤਰ੍ਹਾਂ ਦੇ ਰੰਗ ਆ ਗਿਆ ਔਰ ਉਸ ਤੋਂ ਚੂੜੀਆਂ ਚੜਾਉਣ ਵਾਲੇ ਹੁਣ ਜਾ ਰਹੇ ਨਹੀਂਗੇ ਅਸੀਂ ਅਸਲ 'ਚ ਆਪਣੇ ਕਲਚਰ ਤੋਂ ਆਪਣੇ ਰੀਤੀ ਰਿ ਸਮਾਤੋਂ ਆਪਣੇ ਜਿਹੜੇ ਵੀ ਸਾਡੇ ਨਾਲ ਚੱਲਦੇ ਰਿਵਾਜ ਸੀ ਉਹਨਾਂ ਤੋਂ ਬਹੁਤ ਦੂਰ ਚਲੇ ਗਏ ਇੱਕ ਇਹ ਇੱਕ ਤਾਂ ਗੱਲ ਹੈਗੀ ਆ ਕਿ ਜਿਹੜੇ ਸਾਡੇ ਬਹੁਤ ਸਿਆਣੇ ਲੋਕ ਨੇ ਤੇ ਜਦੋਂ 20 ਸਾਲ ਤੱਕ ਯੁੱਗ ਬਦਲ ਜਾਂਦਾ ਬੜਾ ਕੁਝ ਬਦਲਦਾ ਇਸ ਕਰਕੇ ਕਿ ਡਿਵੈਲਪਮੈਂਟ ਹੁੰਦੀ ਆ ਉਹਦੇ ਨਾਲ ਲੱਗਦੇ ਜਿਹੜੇ ਬਾਕੀ ਲੋਕ ਨੇ ਉਹਨਾਂ ਚ ਜਤੋਂ ਦੂਰ ਹੋ ਜਾਂਦੇ ਆ ਔਰ ਰੀਤੀ ਰਿਵਾਜ ਹੌਲੀ ਹੌਲੀ ਖਤਮ ਹੋ ਜਾਂਦੇ ਆ ਇਹ ਕਿ ਡੋਰ ਟੂ ਡੋਰ ਮੈਨ ਟੂ ਮੈਨ ਹੁੰਦੇ ਸੀਗੇ ਆ ਜਿਹੜੇ ਮੈਂ ਲੋਕੀ ਤੁਹਾਨੂੰ ਹੁਣ ਦੱਸਿਆ ਜਾਂ ਸੁਣਾਇਆ ਇਹ ਉਸ ਵੇਲੇ ਦੇ ਲੋਕਾਂ ਨੇ ਇਕੱਠੇ ਕੀਤੇ ਸੀ ਔਰ ਤਾਂ ਨੇ ਆਪਣੇ ਆਪ ਹੀ ਬਣਾ ਲੈਂਦੀ ਆਪਣੇ ਆਪ ਜੋੜ ਬਣਾ ਕੇ ਉਹਨੂੰ ਨੂੰ ਗਾਉਂਦੀਆਂ ਸੀ ਉਦੋਂ ਕਿਤਾਬਾਂ ਤੇ ਨਹੀਂ ਸੀ ਲਿਖੇ ਜਾਂਦੇ ਬਾਅਦ ਚ ਪਤਾ ਲੱਗਾ ਕਿ ਤੇ ਇਹਦੀਆਂ ਕਿਤਾਬਾਂ ਹੋਈਆਂ ਬਹੁਤ ਦਵਿੰਦਰ ਸਤਿਆਰਥ ਜੀ ਜੀ ਔਰ ਬਨਜਾਰਾ ਬੇਦੀ ਦੀ ਕਲੈਕਸ਼ਨ ਕੀਤੀ ਆ ਉਹਨਾਂ ਦੀ ਜਿਹੜੇ ਬਣਾਏ ਜਿਹੜੀਆਂ ਕਿਤਾਬਾਂ ਨੇ ਲਿਖੀਆਂ ਉਹਨਾਂ ਵਿੱਚ ਬਹੁਤ ਕੁਝ ਇਹ ਲੋਕ ਗੀਤਾਂ ਦਾ ਹੈ ਲਵਨਜਾਰੇ ਬਾਰੇ ਇਹਨਾਂ ਦੇ ਇਤਿਹਾਸ ਬਾਰੇ ਔਰ ਇਹਨਾਂ ਦੇ ਜੀਵਨ ਸੰਬੰਧੀ ਬੜਾ ਕੁਝ ਜਾਣਕਾਰੀ ਮਿਲ ਜਾਂਦੀ ਆ ਪਰ ਮੇਰਾ ਖਿਆਲ ਹੈ ਕਿ ਜੇ ਅਸੀਂ ਇਹਨਾਂ ਨੂੰ ਸੰਭਾਲ ਕੇ ਰੱਖੇ ਜਿਤਨਾ ਅਸੀਂ ਕੁਦਰਤੋਂ ਦੂਰ ਹੋ ਗਏ ਨਾ ਟਾਹ ਲਿਆ ਕਿ ਕਨਾ ਨਾ ਕੋਈ ਸਾਡੇ ਕੋਲ ਤੂਤ ਨਾ ਸਾਡੇ ਕੋਲ ਕੋਈ ਪਿੱਪਲ ਨਾ ਸਾਡੇ ਕੋਲ ਉਹ ਕੋਈ ਇਸ ਤਰ੍ਹਾਂ ਦੇ ਵੱਡੇ ਸ਼ਾਦਾ ਰੁੱਖ ਰਹਿ ਗਏ ਅਸੀਂ ਉਹਨਾਂ ਨੂੰ ਵੱਢ ਕੇ ਔਰ ਦੂਰ ਚਲੇ ਗਏ ਔਰ ਜਿਹੜੇ ਘਰ ਆ ਛੱਡੇ ਸੀ ਪੱਥਰ ਦੇ ਘਰ ਬਣ ਗਏ ਲੱਕੜ ਛੱਡ ਕੋਈ ਨਹੀਂ ਸਟੀਲ ਆ ਗਈ ਸਾਰਾ ਕੁਝ ਲੋਹਾ ਆ ਗਿਆ ਔਰ ਘਰ ਜਿਹੜੇ ਆ ਗਏ ਉਹ ਗਰਮੀ ਵਿੱਚ ਗਰਮ ਹੋ ਜਾਂਦੇ ਆ ਤੇ ਸਰਦੀ ਵਿੱਚ ਜ਼ਿਆਦਾ ਠੰਡੇ ਹੋ ਜਾਂਦੇ ਆ ਇਹ ਚੀਜ਼ਾਂ ਜਿਹੜੀਆਂ ਕੁਦਰਤ ਤੋਂ ਅਸੀਂ ਦੂਰ ਹੋ ਕੇ ਔਰ ਮੇਤੋਂ ਅਸੀਂ ਬਿਲਕੁਲ ਬਾਰਛ ਨਹੀਂ ਹੁੰਦੀ ਕੁਦਰਤੋਂ ਦੂਰ ਹੋ ਕੇ ਇਸ ਤਰ੍ਹਾਂ ਅਸੀਂ ਧੀ ਤੀਰਵਾਜਾਂ ਤੋਂ ਦੂਰ ਹੋ ਗਏ ਆਪਣੇ ਰਹਿਣ ਸਹਿਣ ਨਾਲ ਜਿਹੜੇ ਸਾਡੇ ਜੀਵਨ ਨੂੰ ਸਰਕਰੂਆ ਖੜੀ ਚੀਜ਼ਾਂ ਸੀ ਉਹਨਾਂ ਤੋਂ ਦੂਰ ਹੋ ਗਏ ਅਸੀਂ ਪੋਸ਼ਾਕਾਂ ਬਦਲੀਆਂ ਅਸੀਂ ਭਾਸ਼ਾ ਬਦਲ ਲਈ ਖਾਣ ਪੀਣ ਬਦਲ ਲਿਆ ਰਹਿਣ ਸਹਿਣ ਬਦਲ ਲਿਆ ਬਾਕੀ ਅਸੀਂ ਆੜਾ ਥਾੜਾ ਬਦਲੇ ਆੜਾ ਗਾਲਾ ਮਤਲਬ ਸਾਡਾ ਬਹਿਣ ਉੱਠਣ ਜਿਹੜਾ ਸੀਗਾ ਸੱਥਾਂ ਸਾਡੀਆਂ ਗਈਆਂ ਸਾਡੇ ਚਰਖੇ ਗਏ ਸਾਡੇ ਤਿਰੰਜਣ ਗਏ ਸਾਡੇ ਸਾਰੇ ਮਿਲਣੀ ਵਾਲੇ ਜਿਹੜੇ ਹੁੰਦਾ ਸੀ ਉਹ ਖੇਸ ਗਏ ਡੱਬੀਆਂ ਵਾਲੇ ਮਿਲਦੇ ਸੀ ਉਹ ਗਏ ਔਰ ਸਾਰਾ ਕੁਝ ਉਹ ਘਰ ਦਾ ਜਿਹੜਾ ਰਹਿਣ ਸਹਿਣ ਬਦਲ ਗਿਆ ਕਿਉਂਕਿ ਦਾਦੀਆਂ ਨਾਨੀਆਂ ਤਾਈਆਂ ਚਾਚੀਆਂ ਉਹ ਸਾਰਾ ਕੁਝ ਸੰਭਾਲ ਦਿੰਦੀ ਸੀ ਉਜਾ ਜੁਆਇੰਟ ਫੈਮਿਲੀ ਖਤਮ ਹੋ ਗਈ ਜੁਆਇੰਟ ਫੈਮਿਲੀ ਲਈ ਸਾਡੇ ਸੰਯੁਕਤ ਪਰਿਵਾਰ ਸੀ ਉਹ ਖਤਮ ਹੋ ਗਏ ਪਰ ਅਜੇ ਵੀ ਜੇ ਅਸੀਂ ਗੱਲ ਕਰੀਏ ਕੁਝ ਦਿਸ਼ਾਂ ਦੇ ਵਿੱਚ ਤਾਂ ਜਿਹੜੇ ਸਾਡੇ ਪੰਜਾਬੀ ਗਏ ਆ ਉੱਥੇ ਮੇਨਟੇਨ ਕੀਤਾ ਤਿਆਂ ਦੇ ਗਿੱਧੇ ਦੇ ਸਾਰਾ ਕੁਝ ਉੱਥੇ ਜਿਹੜੇ ਆ ਮੇਲੇ ਲਾਉਂਦੇ ਆ ਔਰ ਉਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਹੈਗਾ ਕੁਝ ਏਰੀਆ ਅਸੀਂ ਕਈ ਵਾਰੀ ਜ਼ਿਕਰ ਕੀਤਾ ਹੈਗਾ ਕਿ ਲਾਹੌਰ ਦਾ ਏਰੀਆ ਜਿਹੜਾ ਹੈਗਾ ਜਾਂ ਸਰਗੋਦਾ ਦਾ ਏਰੀਆ ਹੈਗਾ ਜਿੱਦਾਂ ਸ਼ਾਲਕੋਟਾ ਹੈਗਾ ਔਰ ਉਹ ਬਾਕੀ ਜਿਹੜਾ ਟੋਟਲ ਜਿਹੜਾ ਲੈਂਦਾ ਪੰਜਾਬ ਆ ਉਹਦੇ ਵਿੱਚ ਬਹੁਤ ਕੁਝ ਹੈਗਾ ਪੰਜਾਬੀ ਬਹੁਤ ਗੂੜ ਬੋਲਦੇ ਆਂ ਔਰ ਰੀਤੀ ਰਿਵਾਜੋ ਚਿਤਰਾ ਦੇਗਾ ਅਜੇ ਵੀ ਢੋਲ ਦੀ ਤਮਾਲ ਤੇ ਉਹ ਜਿਹੜਾ

ਥੋੜੇ ਬਾਤ ਜਿੱਤੇ ਪਏ ਪਰ ਰੀਤੀ ਰਵਾਜ ਨਹੀਂ ਮਿਲਦੇ ਇਹ ਤਾਂ ਜਦੋਂ ਕੋਈ ਪ੍ਰਦਰਸ਼ਨੀ ਹੋएगी ਜਾਂ ਇਹ ਗਾਏਗਾ ਨੱਚੇਗਾ ਸਾਰਾ ਕੁਝ ਤਾਂ ਹੀ ਪਤਾ ਲੱਗੂਗਾ ਜਿਸ ਤਰ੍ਹਾਂ ਲੋਕ ਸਾਜ ਬਹੁਤ ਘਟ ਰਿਹਾ ਤੂੰ ਵੀ ਬਹੁਤ ਚੱਲਦੀ ਰਹੀ ਜਮਲੇ ਦੀ ਤੂੰ ਵੀ ਤੋਂ ਪਹਿਲਾਂ ਵੀ ਜਿਹੜੇ ਲੋਕ ਸਾਜ ਰਹਾ ਪੰਸਰੀ ਲਗੋਜ਼ੇ ਬੀਨ ਸਾਰਾ ਕੁਝ ਚੱਲਦਾ ਰਿਹਾ ਹੈਗਾ ਖੜਤਾਲਾਂ ਔਰ ਉਹਦੇ ਤੇ ਡੁਗ ਡੁਗੀ ਉਹਦੇ ਚ ਜਿਹੜੀ ਆ ਬੈਂਜੋ ਆ ਜਿਹਦੇ ਚ ਸਾਰੇ ਸਾਜ ਨੇ ਉਹ ਅੱਜ ਤੱਕ ਬਹੁਤ ਘੱਟ ਮਿਲਦੇ ਨੇ ਨਹੀਂ ਤਾਂ ਪੰਜਾਬ ਵਿੱਚ ਹੀ ਬਣਦੇ ਸੀਗੇ ਜਿਸ ਤਰ੍ਹਾਂ ਜਿਹੜੀ ਬੀਨ ਆ ਇਹ ਕਹਿੰਦੇ ਬੰਗਾਲ ਚੋਂ ਆਈ ਹੈ ਪਰ ਪੰਜਾਬੀਆਂ ਨੇ ਸੰਭਾਲ ਲਿਆ ਹਾਲਾਂਕਿ ਇਹਨੂੰ ਜੋਗੀ ਵਜਾਉਂਦੇ ਆ ਜਦੋਂ ਸੱਪ ਨੂੰ ਬਾਹਰ ਕੱਢਦੇ ਆ ਪਰ ਫਿਰ ਵੀ ਬੀਨ ਫਿਲਮਾਂ ਚ ਵੀ ਵੱਜਦੀ ਆ ਟੀਮਨਾ ਦੇ ਤੱਕ ਅਸਲ ਚ ਲੋਕ ਸਾਜ ਤਾਦ ਗਵਾਜ ਗਿਆ ਇਹਦੇ ਵਿੱਚ ਆ ਗਿਆ ਕੈਸੀ ਹੋ ਤਾ ਜਿਹੜਾ ਆਨਲਾਈਨ ਦਾ ਜਿਹੜਾ ਕੰਪਿਊਟਰ ਤੇ ਆ ਗਿਆ ਮਿਊਜ਼ਿਕ ਕੰਪਿਊਟਰ ਤੇ ਆਉਣ ਨਾਲ ਉਹ ਚੋਂ ਚੂ ਨਾ ਕਾਲੇ ਦੇ ਚੋਂ ਸਾਰਾ ਕੁਝ ਹੋ ਗਿਆ ਇਸ ਕਰਕੇ ਜਿਹੜਾ ਹੱਥ ਨਾਲ ਸਾਜ ਵੱਜਿਆ ਉਹਦੀ ਮਜਾ ਹੀ ਹੋ ਰਿਹਾ ਜਦ ਹੱਥ ਨਾਲ ਖਾਣਾ ਬਣਾਇਆ ਉਹਦਾ ਮਜਾ ਹੀ ਹੋ ਰਿਹਾ ਹੈ ਕਿ ਨਹੀਂ ਜਿਹੜਾ ਕੁੱਕਰ ਚ ਬਣਾਈ ਦਾਲ ਹੈ ਤੇ ਤੋੜੀ ਵਿੱਚ ਰਿੱਧੀ ਦਾਲ ਦਾ ਆਪਣਾ ਆਪਣਾ ਸੁਆਦ ਹੈ ਇਸੇ ਸੁਆਦ ਨੂੰ ਅਸੀਂ ਬਰਕਰਾਰ ਰੱਖਣਾ ਚਾਹੀਦਾ ਹੈ ਇਹ ਸੁਆਦ ਸਾਡੇ ਸਭਿਆਚਾਰ ਦੇ ਨੇ ਸਾਡੇ ਸਾਰੀਆਂ ਪ੍ਰਾਣੀਆਂ ਪੈੜਾਂ ਨੇ ਸਾਡਾ ਸਾਰਾ ਇਤਿਹਾਸ ਹੈ ਸਾਡਾ ਸਭਿਆਚਾਰ ਹੈ ਜੇ ਅਸੀਂ ਇਸ ਨੂੰ ਸੰਭਾਲ ਕੇ ਰੱਖਾਂਗੇ ਤੇ ਫਿਰ ਉਸੇ ਤਰ੍ਹਾਂ ਗਲੀਆਂ ਚ ਵੰਜਾਰੇ ਘੁੰਮਣਗੇ ਉਹਨਾਂ ਦੀ ਹਾਕਾਂ ਸੁਣਾਂਗੇ ਉਸੇ ਤਰ੍ਹਾਂ ਚੂੜੀਆਂ ਵੇਚਣਗੇ ਇਸ ਤਰ੍ਹਾਂ ਦੀ ਨਿਮਰਤਾ ਲਾਹ ਲਾਹਜ਼ ਪੁਰਾਣਾ ਰਿਵਾਜ ਇਹ ਸਾਡੇ ਇਰਦ ਗਿਰਦ ਰਹੇਗਾ ਔਰ ਬਹੁਤ ਬਹੁਤ ਸ਼ੁਕਰੀਆ ਔਰ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਔਰ ਇਸ ਪ੍ਰੋਗਰਾਮ ਨੂੰ ਤੁਸੀਂ ਦੇਖੋ ਔਰ ਇਹਦੇ ਤੇ ਕਮੈਂਟਸ ਕਰੋ ਔਰ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਸ਼ੇਅਰ ਵੀ ਕਰੋ ਬਹੁਤ ਬਹੁਤ ਸ਼ੁਕਰੀਆ ਦਰਸ਼ਕੋ ਧੰਵਾਦ ਸਤ ਸ੍ਰੀ ਅਕਾਲ ਜੀ